अकाली दल वालों सूबे भर विच रोस मुजाहरे आरंभ किए गए ने। अमृतसर के पिंड मानावाला तो होगी इन्हां सब दी शुरुआत। जिले भर च पेंडू अते शहर च वार्ड पद्धर ते होए वड्डे मुजाहरे वक्-वक् तरीकां नूं वक्खो वक्खरे जिलियां च कीते जाणगे रोस प्रदर्शन। घर घर जाके लोकां नूं सूबा सरकार दीआं नाकामियां तो करवाया जाएगा वाकिफ। अज जिहड़ा रोज गुजारा मध्याम घर घर गलियां दे विच करोना दे करके सानू ए जाना पै रहा भी अहीं इकट्ठा कट नहीं कदे कर सकते। थोड़े थोड़े उहदी पालना करन वास्ते श्रोमणी अकाली दल ने लंबे समय तो वाक बड़े चिर तो उठा रहे सरकार नू नाल नाल साल बाद ही जगाना शुरू करता ही कि आह वादे जिहड़े तुसीं कीते जिथे किसान वीरां ने कीते इंडस्ट्री वाले ने कीते मुलाजमान उत्थे खास करके गरीब वर्करां बहुत वड्डा वादा कीता है। जिहड़ियां स्कीमां चल रहियां उहदे बहुत वड्डी पद्धर ते वादा करदा है और वादा तो की करना जी और तकरीबन साढ़े तीन चार साल तो बंद रख गई कि आ गई कि ना आ गई वो मिलता ही कख अज हूँ अस्त हो गई कि उतरों ये मार पै रही है करोना की उतरों सरकार की मार पै रही सरकार वो बंद करके बैठी है। पैसे जो सेंटर तो स्कॉलरशिपा दे आए 309 करोड़ के लगभग वो सारा कि होर पास वर्ती बैठी अच्छे बच्चिया बच्चे जोड़े जिन्होंने बड़ी वीडी आस से कि अभी पढ़ लिख के माँ प्यो की सेवा करा परिवार पढ़ा घर बार का ਅਸੀਂ ਆਪਦੇ ਆਪ ਸੰਭਾਲ ਕਰਾਂਗੇ ਦੇਸ਼ ਦੀ ਤਰੱਕੀ ਪਾਵਾਂਗੇ ਪਰ ਉਹਨਾਂ ਦੇ ਸੁਪਨੇ ਵਿੱਚ ਮਰੇ ਗਏ। 3 ਸਾਲ ਤੋਂ ਚਲੇ ਉਹ ਫਿਰ ਇਹਨੇ ਦਰ ਦਰ ਭੜਕ ਰਹੇ ਨੇ ਬੱਚੀਆਂ ਬੱਚੇ ਪਰ ਉਹ ਡਿਗਰੀਆਂ ਵੀ ਮਿਲਦੀਆਂ ਨਾ ਬੱਚਿਆਂ ਨੂੰ ਵਜ਼ੀਫੇ ਮਿਲੇ ਆ ਉਹ ਆਪਣਾ ਨਵੇਂ ਦਾਖਲੇ ਮਿਲੇ ਨੇ ਜਿਹੜੇ 'ਚੋਂ ਅੱਗੇ ਕਲਾਸਾਂ ਤੋਂ ਜਾਂ ਪਲੱਸ ਟੂ ਤੋਂ ਜਾਂ ਉਸ ਤੋਂ ਬਾਅਦ ਕਾਲਜ 'ਚ ਜਾ ਕੇ ਪੜ੍ਹ ਸਕਣ ਉਹਦੇ ਸੰਬੰਧ 'ਚ ਅੱਜ ਫਿਰ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਅਤੇ ਬਾਕੀ ਸਾਰੀ ਸੀਨੀਅਰ ਲੀਡਰਸ਼ਿਪ ਨੇ ਪ੍ਰਧਾਨ ਸਾਹਿਬ ਨੇ ਸਾਹਿਬ ਸੁਖਬੀਰ ਸਿੰਘ ਬਾਦ ਸਾਹਿਬ ਨੇ ਇਹ ਫੈਸਲਾ ਲਿਆ ਕਿ ਇਹ ਆਵਾਜ਼ ਜਿਹੜੀ ਹੈ ਜਿੱਥੇ ਬਿੱਲ ਵਾਰ ਵਾਰ ਵੱਧ ਕੇ ਗਰੀਬਾਂ ਦੇ ਤੁਹਾਨੂੰ ਦੇਖਿਆ ਬਣਾ 12-13 ਵਾਰਾਂ ਬਿੱਲ ਹੀ ਵੱਧ ਗਏ ਨੇ ਬਿਜਲੀ ਦੇ ਔਰ ਪੈਨਸ਼ਨਾਂ ਵੀ ਬੰਦ ਸੈਕਿੰਡ ਸਕੀਮਾਂ ਵੀ ਬੰਦ ਵਰਗੀਆਂ ਹੀ ਹੋ ਗਈਆਂ ਔਰ ਇਹਦੇ ਨਾਲ ਸਕਾਲਰਸ਼ਿਪ ਦਾ 5-7 ਜਿਹੜੇ ਸਾਡੇ ਬਹਿਣ ਸੀ ਉਹ ਘਰ ਘਰ ਪਹੁੰਚਾਉਣ ਵਾਸਤੇ ਸਰਕਾਰ ਤੱਕ ਪਹੁੰਚਾਉਣ ਵਾਸਤੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਮੀਡੀਆ ਦਾ ਵੀ ਕਿ ਜਿਹੜੀ ਸਾਡੀ ਤੁਸੀਂ ਮਦਦ ਕਰ ਰਹੇ ਹੋ ਕਿ ਤੁਸੀਂ ਇਹ ਚੀਜ਼ਾਂ ਘਰ ਘਰ ਫਿਰ ਕੇ ਜਿਹੜਾ ਇਹ ਵੇਖ ਵੀ ਰਹੇ ਹੋ ਤਾਂ ਪਹੁੰਚ ਤੁਸੀਂ ਮਤਲਬ ਲੋਕਾਂ ਸਰਕਾਰ ਤੱਕ ਪਹੁੰਚਾਉਣੀ ਮਿਲੀ ਕਿ ਨਹੀਂ ਇਹ ਕਰਕੇ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਹੀ ਇਹ ਫੈਸਲਾ ਜਿਹੜਾ ਲਿਆ ਅਤੇ ਅੱਜ ਪਹਿਲਾ ਦਿਨ ਆ ਅੰਮ੍ਰਿਤਸਰ ਸਭ ਤੋਂ ਸ਼ੁਰੂ ਹੋਇਆ ਕੰਮ ਅੱਜ ਜਿੱਥੇ ਆਪਾਂ ਬੈਠੇ ਹਾਂ ਪਿੰਡ ਮਨਾਲਾ ਹਲਕਾ ਟਾਰੀ ਤੋਂ ਚੱਲ ਰਿਹਾ ਸਾਡੇ ਸਰਕਾਰੀ ਟੀਨੂ ਜੀ ਆਏ ਨੇ ਸਾਡੇ ਬੜੇ ਸੀਨੀਅਰ ਅਕਾਲੀ ਆਗੂ ਉਹ ਵੀ ਨਾਲ ਆਏ ਨੇ MLA ਵੀ ਨੇ ਮੌਜੂਦਾ ਉੱਥੋਂ ਜਲੰਧਰ ਤੋਂ ਇਸ ਕਰਕੇ ਸਾਰੀ ਟੀਮ ਸਾਡੀ ਬਣੀ ਆ ਕਿ 5-5 ਜ਼ਿਲ੍ਹੇ ਸਾਰੇ ਵੇਖਦੇ ਨੇ ਇਹਨਾਂ ਵੀ ਹੁਣ ਜਾਣਾ ਉੱਥੇ ਜਲੰਧਰ ਵੀ ਇਹਨਾਂ ਦਾ ਪ੍ਰੋਗਰਾਮ ਬਣਾਉਣ ਚਲੇ ਉੱਥੇ ਜਾ ਕੇ ਕਰਾਉਣਾ ਇਹ ਸਾਰੇ ਰੋਜ਼ ਜਿਹੜੇ ਆ ਹਰ ਜ਼ਿਲ੍ਹੇ ਦੇ ਵਿੱਚ ਆਹ ਮਹੀਨਾ ਜਿਹੜਾ ਚੱਲਣਗੇ ਅਤੇ ਸ਼ਾਇਦ ਸਰਕਾਰ ਜਾਗ ਪਾਵੇ ਤਾਂ ਲੋਕਾਂ ਦਾ ਭਵਿੱਖ ਜਿਹੜਾ ਬੱਚਿਆਂ ਦਾ ਬਿਲਕੁਲ ਹੀ ਖਤਰੇ 'ਚ ਜਾ ਪਿਆ ਉਹਨੂੰ ਫਿਰ ਕੋਈ ਥੋੜ੍ਹੀ ਬਹੁਤੀ ਧਰਾਸ ਮਿਲ ਜਾਵੇ ਅਤੇ ਲੋਕਾਂ ਨੂੰ ਰੋਟੀ ਪਾਣੀ ਜਿਹੜੇ ਅੱਜ ਬਜ਼ੁਰਗ ਪੈਨਸ਼ਨਾਂ ਦੇਖੀ ਜਾਂਦੇ ਮਾਤਾ ਹੱਡੀਆਂ ਦੇਖੀ ਜਾਂਦੀਆਂ ਉਹ ਮਿਲ ਜਾਏ ਅਤੇ ਨਾਲ ਹੀ ਕਹਿ ਰਹੇ ਵੀ ਹੁਣ ਹੋਰ ਵੀ ਇਹਨਾਂ ਕੋਈ ਝੂਠ ਬੋਲਣਗੇ ਅਤੇ ਹੁਣ ਅੱਗੇ ਤੋਂ ਜਾਗਰੂਕ ਵੀ ਰਹਿਣ ਦੀ ਲੋੜ ਆ ਇਹ ਮੰਗਾਂ ਨੂੰ ਵੀ ਤੁਹਾਡੇ ਧੱਲੇ ਰਹੇ ਸਾਨੂੰ ਉੱਥੇ ਪਹੁੰਚਾਉਣ ਦੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਵਾਂਗ ਪੰਜਾਬੀਆਂ ਦੀ ਖਾਸ ਕਰਕੇ ਗਰੀਬ ਭਾਈਚਾਰੇ ਦੀ ਰੱਖਿਆ ਦੀ ਪੜਦਾ ਰਹੇਗਾ ਅਤੇ ਉਹ ਲੜਾਈ ਜਿਹੜੀ ਤਗੜਾ ਹੋ ਗਈ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੀ ਇਸ ਢੰਗ ਦੇ ਨਾਲ ਲੜਦਾ ਰਹੂਗਾ ਘਰ ਘਰ ਪ੍ਰਚਾਰ ਕਰਕੇ ਵਰਲਡ ਵਾਈਡ ਦੇ ਪਿੰਡ ਵਿੱਚ ਸਾਰਾ ਮੁੰਡੇ ਇਹ ਕਰਦਾ ਰਹੂਗਾ। ਠੀਕ ਅੰਮ੍ਰਿਤਸਰ ਤੋਂ ਕੈਲਾਸ਼ ਪ੍ਰਜਾਪਤੀ ਦੀ ਰਿਪੋਰਟ ਲਾਈਵ ਭਾਰਤ।